ਲਾਟੂ ਆਣੇ ਰਹਿੰਦਾ ਸੀ ਹਜ਼ੂਰ ਸਿੰਘ ਰਸਾਲਦਾਰ, ਉਹਦਾ ਪੁੱਤਰ ਸੀ ਤਖਤ ਸਿੰਘ। ਅੱਗੋਂ ਉਹਦੇ ਪੁੱਤਰ ਤਖਤ ਸਿੰਘ ਦੇ ਪੁੱਤਰ ਦੋ ਜਾਣਦੇ ਸਾਂ ਅਸੀਂ ਉਹਨਾਂ ਨੂੰ, ਇੱਕ ਦੇ ਨਾਂ ਸੀ ਗੁਰਲਾਲ ਸਿੰਘ ਅਤੇ ਇੱਕ ਦੇ ਨਾਂ ਸੀ ਦਰਸ਼ਨ। ਅਤੇ ਫਿਰ ਸੀ ਬਾਬਾ ਫੌਜਾ ਸਿੰਘ, ਅਤੇ ਅੱਗੋਂ ਇੱਕ ਦੇ ਨਾਂ ਸੀ ਪਾਲਾ ਸਿੰਘ, ਸਣਤ ਸਿੰਘ, ਰਵਨੀਸ਼ ਸਿੰਘ, ਗੰਡਾ ਸਿੰਘ। ਇਹ ਡੇਰੇ ਲਾਟੂਆਣੇ ਦੇ ਸਨ? ਇਹ ਡੇਰੇ ਲਾਟੂਆਣੇ ਦੇ ਸਨ। ਜਿਹੜਾ ਸਾਡੇ ਨਾਲ ਬਾਹਲਾ ਪਿਆਰ ਸੀ ਉਹਦਾ ਈਸਰ ਸਿੰਘ ਦਾ, ਹੰਜਰਾ ਦਾ ਜੀ, ਉਹ ਇੱਥੇ ਆਏ ਸੱਚੇ ਸਭ ਦੇ ਸਿੱਖ ਆਏ ਅਤੇ ਵਰਨਾ ਦੇ ਸਾਡੇ ਪਿਓ ਨੂੰ ਪੁੱਛਿਆ ਬਈ ਕੋਈ ਉਹਦਾ ਪਤਾ ਕਰੇ ਹੋਵੇ ਅਤੇ ਮੈਨੂੰ ਦੱਸਿਆ ਜੀ, ਉਸ ਖਾਸ ਪੁੱਤਰ ਕੋਈ ਨਹੀਂ ਪਾਇਆ। ਉਹਨਾਂ ਦਾ ਐਡਰੈਸ ਲਿਖ ਦਿੱਤਾ, ਉਹਦਾ ਐਡਰੈਸ ਲਿਖ ਦਿੱਤਾ ਉਹਨੇ ਜਿੱਥੇ ਰਹਿੰਦਾ ਸੀ। ਉਹ ਫਿਰ ਪਿਓ ਸਾਡੇ ਚਿੱਠੀ ਪਾਈ, ਉੱਥੇ ਅੱਪੜ ਗਈ ਉਹਨੂੰ। ਉਸ ਵਾਪਸ ਚਿੱਠੀ ਪਾਈ, ਇਹ ਉਸ ਆਖਿਆ ਤੇਰੀ ਚਿੱਠੀ ਪੜ੍ਹ ਕੇ ਅਸਾਂ ਤਿੰਨ ਦਿਨ ਰੋਟੀਆਂ ਨਹੀਂ ਪੱਕੀਆਂ। ਅਤੇ ਅੱਗੋਂ ਅੱਲਾ ਦਾ ਵਾਸਤੇ ਸਾਨੂੰ ਚਿੱਠੀ ਨਾ ਪਾਈ, ਇਹੀ ਸਮਝੀ ਵੀ ਮਰ ਗਿਆ, ਅਤੇ ਮੈਂ ਸਮਝਿਆ ਤਾਂ ਉਹ ਮਰ ਗਿਆ, ਤੁਸੀਂ ਸਮਝੇ ਉਹ ਮਰ ਗਿਆ, ਹੁਣ ਚਿੱਠੀ ਨਾ ਪਾਇਆ ਜੀ। ਉਹ ਸਿੱਖ ਨੇ ਗਿਆ? ਸਿੱਖ ਨੇ ਕਿਹਾ ਸਾਨੂੰ ਬਹੁਤ ਬੜਾ ਅਫਸੋਸ ਹੋਇਆ, ਅਸਾਂ ਤਿੰਨ ਦਿਨ ਰੋਟੀ ਨਹੀਂ ਪੱਕੀ ਇਸੇ ਦੁੱਖ ਨਾਲ। ਇਸੇ ਦੁੱਖ ਨਾਲ ਤੇ ਜਿਹੜੇ ਹੋਰ ਤੁਸੀਂ ਡੇਰਿਆਂ ਦੇ ਨਾਂ ਲੈ ਰਹੇ ਸੀ ਪਹਿਲੇ, ਹੋਰ ਆ ਡੇਰਾ 'ਚ ਬੱਚੇ ਆਉਣਾ ਹੈ, ਇਹਦੇ 'ਤੇ ਸੀ ਸਰਦਾਰਾ ਸਿੰਘ, ਅਜਾਗਰ ਸਿੰਘ, ਹਜ਼ੂਰ ਸਿੰਘ ਅਤੇ ਇੰਦਰ ਸਿੰਘ ਅਤੇ ਅਨੋਕ ਸਿੰਘ, ਅਤੇ ਉਹ ਫਿਰ ਬਾਬੇ ਸੱਤੋ ਨੇ ਵਿਆਹ ਦਿੱਤਾ ਉਹਨੂੰ ਲਾਲ ਕੇ ਹਿੰਦੂਆਂ ਲਈ, ਉਹ ਫਿਰ ਮੁਸਲਮਾਨ ਹੋ ਗਿਆ। ਸੈਯਦ ਬਾਬਾ ਹਬੀਬ ਸ਼ਾਹ ਸੀ, ਉਸ ਨੇ ਮੁਸਲਮਾਨ ਉਹਨੂੰ ਕਰ ਲਿਆ। ਤੁਹਾਡੇ ਬਜ਼ੁਰਗ ਨੂੰ? ਸਾਡੇ ਵੱਡੇ ਨੂੰ ਜੀ। ਉਹਦਾ ਨਾਂ ਤਾਂ ਅੱਗੇ ਅਮੀ ਚੰਦ ਸੀ, ਫਿਰ ਉਹਦਾ ਨਾਂ ਧਾਰ ਦਿੱਤਾ ਆਹਮਦ ਜੀ ਜੀ। ਅਤੇ ਉੱਥੇ ਹੀ ਉਹਨੂੰ ਮਕਾਨ ਬਣਾ ਦਿੱਤੇ, ਉੱਥੇ ਹੀ ਉਹਨੂੰ ਹਵੇਲੀ ਬਣਾ ਦਿੱਤੀ, ਸਾਰਾ ਕੁਝ ਉੱਥੇ ਹੀ ਉਹਦਾ ਕਰ ਦਿੱਤਾ, ਅਤੇ ਰਕਬਾ ਇਹ ਦੇ ਦਿੱਤਾ ਉਹਨੂੰ। ਇੱਥੇ ਢੇਰੀ ਸੀ ਉਹ ਸਾਰੀ, ਕੁਝ ਮੇਰੇ 'ਤੇ ਸਨ, ਦੋ ਮੁਰੱਬੇ ਮਰੈਦ ਮੇਰੇ 'ਤੇ ਦਿੱਤੇ, ਉਸ ਦਸ ਕੁ ਇੱਥੇ ਸਨ। ਅਸਲਾਮੁ ਅਲੈਕੁਮ, ਮੈਂ ਹਾਂ ਨਜ਼ਰ ਬੂਬਕ ਅਤੇ ਮੇਰੇ ਨਾਲ ਇਮਰਾਨ ਸ਼ਹਿਜ਼ਾਦ, ਅਤੇ ਵੀਰੋ ਅੱਜ ਅਸੀਂ ਪਹੁੰਚੇ ਹਾਂ ਡੇਰਾ ਤਾਰੜਾ ਦਾ, ਪਿੰਡ ਵਰਨ, ਜ਼ਿਲ੍ਹਾ ਸ਼ੇਖਪੁਰਾ। ਅਤੇ ਸਾਡੇ ਨਾਲ ਨੇ ਬਾਬਾ ਜੀ ਜਿਨ੍ਹਾਂ ਦਾ ਤਲਕ ਹੈ ਜੱਟ ਬਰਾਦਰੀ ਨਾਲ, ਅਤੇ ਗੋਤ ਇਹਨਾਂ ਦੀ ਤਾਰੜ ਹੈ। ਅਸੀਂ ਬਾਬਾ ਜੀ ਹੁਣਾਂ ਨਾਲ ਅੱਜ ਗੱਲਬਾਤ ਕਰਾਂਗੇ 1947 ਤੋਂ ਪਹਿਲਾਂ ਦੀ, ਕਿ ਜਦੋਂ ਸਾਡੇ ਸਿੱਖ ਵੀਰ ਪਿੰਡ ਵਰਨ ਦੇ ਵਿੱਚ ਰਹਿੰਦੇ ਸਨ,
ਅਤੇ ਇਹਨਾਂ ਦਾ ਮੁਸਲਮਾਨਾਂ ਦੇ ਨਾਲ ਰਹਿਣ ਸਹਿਣ ਕਿੱਦਾਂ ਦਾ ਸੀ ਅਤੇ ਮੁਸਲਮਾਨ ਸਿੱਖ ਵੀਰਾਂ ਨਾਲ ਕਿੱਦਾਂ ਰਹਿੰਦੇ ਸਨ। ਅਤੇ ਵੀਰਾਂ ਨੂੰ ਰਿਕੁਐਸਟ ਆ ਕਿ ਸਾਡੇ ਪੰਜਾਬੀ ਸਾਂਝ ਟੀਵੀ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਅਤੇ ਨਾਲ ਦੀ ਘੰਟੀ ਜ਼ਰੂਰ ਪ੍ਰੈਸ ਕਰਿਓ, ਕਿਉਂਕਿ ਆਉਣ ਵਾਲੀਆਂ ਵੀਡੀਓ ਬਾਸਾਨੀ ਤੁਹਾਨੂੰ ਮਿਲਦੀਆਂ ਰਹਿਣਗੀਆਂ। ਅਤੇ ਚਲੋ ਬਾਬਾ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਦੀ ਆਪ ਬੀਤੀ ਪੁੱਛਦੇ ਹਾਂ। ਬਾਬਾ ਜੀ ਜ਼ਰਾ ਉੱਚੀ ਬੋਲਣਾ ਹੈ। ਉੱਚੀ ਬੋਲਾਂ। ਹਾਂਜੀ, ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਅਸਲਾਮ। ਬਾਬਾ ਜੀ ਸਭ ਤੋਂ ਪਹਿਲੇ ਆਪਣਾ ਨਾਂ ਦੱਸੋ। ਮੇਰੇ ਨਾਂ ਜੀ ਅਹਿਮਦ ਅਲੀ। ਅਹਿਮਦ ਅਲੀ। ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਹੈ? ਸੈਦ ਮੁਹੰਮਦ। ਅਤੇ ਦਾਦਾ ਜੀ ਦਾ ਨਾਂ ਯਾਦ ਹੈ? ਦਾਦਾ ਜੀ ਦਾ ਨਾਂ ਫਤਿਹ ਮੁਹੰਮਦ। ਫਤਿਹ ਮੁਹੰਮਦ। ਅਤੇ ਬਾਬਾ ਜੀ ਜਿੱਥੇ ਹੁਣ ਅਸੀਂ ਬੈਠੇ ਹਾਂ, ਇਹ ਡੇਰਾ ਕਿਹੜਾ ਹੈ ਅਤੇ ਜ਼ਿਲ੍ਹਾ ਅਤੇ ਤਹਿਸੀਲ ਅਤੇ ਪਿੰਡ ਆਪਣਾ ਦੱਸੋ। ਇਹ ਡੇਰਾ ਤਾਰੜਾ, ਪਿੰਡ ਵਰਨ ਜੀ। ਅਤੇ ਜ਼ਿਲ੍ਹਾ ਬਾਬਾ ਜੀ? ਸ਼ੇਖੂਪੁਰ। ਸ਼ੇਖੂਪੁਰਾ। ਅੱਛਾ ਬਾਬਾ ਜੀ, ਆਪਣੀ ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਮੇਰੀ ਹੋ ਗਈ ਹੈ 95 ਸਾਲ। 95 ਸਾਲ। ਜਦੋਂ ਇੱਥੋਂ ਸਾਡੇ ਸਿੱਖ ਵੀਰ ਗਏ ਸਨ ਉਦੋਂ ਤੁਸੀਂ 21 ਵਰ੍ਹਿਆਂ ਦੇ ਸੀ? 21 ਸਾਲ ਦੇ ਸੀ? 20-21 ਸਾਲ ਦੇ ਕੁਛ। ਹਾਂ। ਅੱਛਾ ਬਾਬਾ ਜੀ, ਮਹਾਜਰ ਹੋ ਕਿ ਵਸਿੰਦੇ ਹੋ? ਵਸਿੰਦੇ ਆ। ਵਸਿੰਦੇ। ਇਸ ਪਿੰਡ ਦੇ ਪਹਿਲੇ ਰਹਿਣ ਵਾਲੇ ਜੀ? ਅੱਛਾ ਬਾਬਾ ਜੀ, ਜਿਹੜਾ ਤੁਹਾਡਾ ਪਿੰਡ ਵਰਨ ਹੈ ਡੇਰਾ ਤਾੜਰਾਂ ਦਾ, ਇਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਯਾਦ ਨੇ? ਹਾਂ, ਪਿੰਡਾਂ ਦੇ ਨਾਂ ਯਾਦ ਨੇ। ਫਿਰ ਉਹ ਸਾਨੂੰ ਦੱਸ ਦਿਉ। ਇਹ ਸਾਡੇ ਨਾਲ ਨੇ ਈਸਰਕੇ, ਅੱਗੇ ਲਾਲ ਕੇ, ਬੰਦੋ ਕੇ, ਮਰੀਦ ਕੇ, ਚਾਮ ਕੇ, ਕਾਲੋ ਕੇ, ਜੰਡਿਆਲਾ ਸ਼ੇਰ ਖਾਂ। ਅੱਛਾ ਬਾਬਾ ਜੀ, ਇਹ ਦੱਸੋ 1947 ਤੋਂ ਪਹਿਲਾਂ ਜਿਹੜਾ ਪਿੰਡ ਵਰਨ ਹੈ, ਇਹ ਕਿੱਡਾ ਕੁ ਵੱਡਾ ਸੀ ਅਤੇ ਇਹਦੇ ਵਿੱਚ ਕਿਹੜੇ ਕਿਹੜੇ ਮਜ਼ਹਬ ਦੇ ਲੋਕ ਰਹਿੰਦੇ ਸਨ? ਇਹਦੇ ਵਿੱਚ ਸਾਰੇ ਵਰਨ ਹੀ ਰਹਿੰਦੇ ਸਨ ਅਤੇ ਮਜ਼ਹਬ ਜਿਹੜਾ ਹੈ ਉਹ ਤਾਂ ਮੁਸਲਮਾਨ, ਅਤੇ ਅਸੀਂ ਜ਼ਿਮੀਂਦਾਰ ਅਸੀਂ ਸਾਂ ਜਾਂ ਉਹ ਵਿਰਕ ਸਨ, ਉਹ ਵੀ ਛੇਤੀ ਮੁਸਲਮਾਨ ਹੋਏ ਸਨ। ਅਤੇ ਦੂਸਰੇ ਕੰਮੀਕਾਰੀ ਜਿਹੜੇ ਨੇ, ਮੋਚੀ ਬਰਾਦਰੀ ਬੜੀ ਸੀ, ਨਾਈ ਸਨ, ਘੁਮਿਆਰ ਸਨ ਜੀ, ਮਾਛੀ ਸਨ, ਜੁਲਾ ਸਨ। ਅੱਛਾ ਬਾਬਾ ਜੀ, ਇਹ ਦੱਸੋ ਜਿਹੜਾ ਤੁਹਾਡਾ ਡੇਰਾ ਤਾੜਨਾ ਦਾ, ਇਹਦੇ ਵਿੱਚ ਵੀ ਕੋ ਹਿੰਦੂ ਸਿੱਖ ਰਹਿੰਦੇ ਸਨ? ਜਿਹੜਾ ਤੁਹਾਡਾ ਡੇਰਾ ਹੈ ਜਿੱਥੇ ਤੁਸੀਂ ਰਹਿਣ ਡੇ ਹੋ, ਇੱਥੇ ਵੀ ਕੋ ਸਿੱਖ ਹਿੰਦੂ ਰਹਿੰਦੇ ਸਨ? ਨਹੀਂ। ਇਹ ਕਦੋਂ ਆਬਾਦ ਹੋਇਆ ਅਤੇ ਇਹ ਕਿਹਨੇ ਬਾਤ ਕੀਤਾ ਸੀ ਜਿਹੜਾ ਤੁਹਾਡਾ ਡੇਰਾ ਸੀਗਾ? ਇੱਥੇ ਤੁਹਾਡੇ ਵੱਡ ਵਡੇਰੇ ਕਦੋਂ ਆਏ ਸਨ? ਇੱਥੇ ਸਾਨੂੰ ਰਕਬਾ ਹੀ ਇੱਥੇ ਮਿਲਿਆ ਸੀ ਅਤੇ ਫਿਰ ਬਾਈ ਇੱਥੇ ਹੀ ਕਰਦੇ ਸਨ ਅਤੇ ਡੇਰਾ ਹੀ ਬਣਿਆ ਸੀ ਅਤੇ ਫਿਰ ਇੱਥੇ ਆਏ ਨੇ। ਉੱਨੀ ਸੌ 14-15 'ਚ ਇੱਥੇ ਡੇਰੇ 'ਤੇ ਆ ਗਏ ਸਨ। ਤੁਸੀਂ ਦੱਸ ਰਹੇ ਸੀ ਨਾ ਵੀ ਜਿਹੜਾ ਤੁਹਾਡਾ ਬਜ਼ੁਰਗ ਹਿੰਦੂ ਸੀ, ਉਹ ਉੱਧਰੋਂ ਪਿੰਡੋਂ ਉੱਠ ਕੇ ਇੱਥੇ ਆ ਗਿਆ ਮਾਲ ਚਾਰਦਿਆਂ ਅਤੇ ਫਿਰ ਇੱਥੇ ਡੇਰੇ ਲਾ ਲਏ, ਅਤੇ ਉਹ ਸਾਨੂੰ ਦੱਸੋ ਵੀ ਤੁਹਾਡਾ ਬਜ਼ੁਰਗ ਇੱਥੇ ਕਿਹੜਾ ਆਇਆ ਸੀ ਅਤੇ ਕਿੰਨੇ ਕੁ 100 ਸਾਲ ਪਹਿਲੇ ਤੁਸੀਂ ਇੱਥੇ ਆਏ ਸੀ? ਉਹ ਤਾਂ ਉਦੋਂ ਸਿੱਖਾਂ ਦਾ ਰਾਜ ਸੀ, ਉਹਦਾ ਖਰ ਕਿੰਨੇ ਸਾਲ ਹੋ ਗਏ ਨਾ ਹੁਣ, ਅਤੇ ਉਸ 'ਤੇ ਪਿੰਡ ਹੀ ਡੇਰਾ ਲਾਇਆ ਸੀ, ਵਰਨੀ ਡੇਰਾ ਸੀ ਉਹਦਾ ਜੀ।
ਅਤੇ ਉਹ ਫਿਰ ਬਾਬੇ ਸੱਤੋ ਨੇ ਵਿਆਹ ਦਿੱਤਾ ਉਹਨੂੰ ਲਾਲ ਕੇ ਹਿੰਦੂਆਂ ਵਾਲੀ। ਉਹ ਫਿਰ ਮੁਸਲਮਾਨ ਹੋ ਗਿਆ। ਸੈਯਦ ਬਾਬਾ ਹਬੀਬ ਸ਼ਾਹ ਸੀ, ਉਸਨੇ ਮੁਸਲਮਾਨ ਉਹਨੂੰ ਕਰ ਲਿਆ। ਤੁਹਾਡੇ ਬਜ਼ੁਰਗ ਨੂੰ? ਸਾਡੇ ਵੱਡੇ ਨੂੰ ਜੀ। ਉਹਦਾ ਨਾਂ ਤਾਂ ਅੱਗੇ ਅਮੀ ਚੰਦ ਸੀ, ਫਿਰ ਉਹਦਾ ਨਾਂ ਧਾਰ ਦਿੱਤਾ ਆਹਮਦ। ਜੀ ਜੀ। ਅਤੇ ਉੱਥੇ ਹੀ ਉਹਨੂੰ ਮਕਾਨ ਬਣਾ ਦਿੱਤੇ, ਉੱਥੇ ਹੀ ਉਹਨੂੰ ਹਵੇਲੀ ਬਣਾ ਦਿੱਤੀ, ਸਾਰਾ ਕੁਝ ਉੱਥੇ ਹੀ ਉਹਦਾ ਕਰ ਦਿੱਤਾ। ਅਤੇ ਰਕਬਾ ਇਹ ਦੇ ਦਿੱਤਾ ਉਹਨੂੰ, ਇੱਥੇ ਢੇਰੀ ਸੀ ਉਹ ਸਾਰੀ। ਕੁਝ ਮੇਰੇ 'ਤੇ ਸਨ, ਦੋ ਮੁਰੱਬੇ ਮੇਰੇ 'ਤੇ ਦਿੱਤੇ, ਉਸ ਦਸ ਕੁ ਇੱਥੇ ਸਨ। ਅੱਛਾ, 12 ਮੁਰੱਬੇ ਤੁਹਾਡੇ ਵੱਡੇ ਨੂੰ ਦਿੱਤੇ ਸਨ? ਆ ਬਾਬੇ ਸੱਤੋ ਪੀਰ ਸਰਕਾਰ ਨੇ? ਆ ਜੀ, ਠੀਕ ਹੈ। ਸਰ ਤੁਸੀਂ ਇੱਥੇ ਵਾਸੀ ਹੋ ਗਏ? ਆ ਅੱਛਾ ਬਾਬਾ ਜੀ, ਜਿਹੜਾ ਪਿੰਡ ਵਰਨ ਸੀ, ਆ ਇਹਦੇ ਵਿੱਚ ਜ਼ਿਆਦਾ ਬਰਾਦਰੀ ਕਿਹੜੀ ਸੀ, ਸਿੱਖ ਸੀ ਕਿ ਮੁਸਲਮਾਨ ਸਨ? ਸਿੱਖ ਸਨ। ਸਿੱਖ ਜ਼ਿਆਦਾ ਸਨ? ਅਤੇ ਸਾਰੇ ਮਾਲਕ ਸਨ? ਜੀ। ਅਤੇ ਜਿਹੜੇ ਮੁਸਲਮਾਨ ਸਨ ਉਹ ਵੀ ਮਾਲਕ ਹੈ ਸਨ? ਮੁਸਲਮਾਨ ਤਾਂ ਅਸੀਂ ਸਨ, ਅਤੇ ਜਾਂ ਉਹ ਦੂਜਾ ਸਨ ਵਿਰਕ ਸਨ, ਉਹ ਵੀ ਮਾਲਕ ਸਨ। ਉਹ ਸਿੱਖੋ ਮੁਸਲਮਾਨ ਹੋਏ ਸਨ, ਅਸੀਂ ਪਹਿਲੇ ਸਾਂ ਹਿੰਦੂਆਂ ਮੁਸਲਮਾਨ ਹੋਏ ਸਾਂ। ਅੱਛਾ, ਤੁਸੀਂ ਤੁਹਾਡੇ ਬਜ਼ੁਰਗ ਹਿੰਦੂਆਂ ਮੁਸਲਮਾਨ ਹੋਏ? ਆ ਜੀ ਜੀ। ਇੱਥੋਂ ਤੁਹਾਡੀ ਕਿੰਨੀ ਪੈਲੀ ਹੈ? 12 ਮੁਰੱਬੇ? ਆ ਅੱਛਾ ਬਾਬਾ ਜੀ, ਜਿਹੜਾ ਤੁਹਾਡੇ ਬੈਕ ਸਾਈਡ 'ਤੇ ਲਾਟੂਆਣਾ ਡੇਰਾ ਹੈ, ਇੱਥੇ ਕਿੰਨੇ ਕੁ ਘਰ ਸਨ ਸਿੱਖਾਂ ਦੇ? ਉੱਥੇ ਵੀ ਉਦੋਂ ਸਿੱਖਾਂ ਦੇ ਤਾਂ ਘਰ ਸਨ 8-7। ਅਤੇ ਮੁਸਲਮਾਨ ਵੀ ਉਸ ਡੇਰੇ 'ਤੇ ਹੈ ਸਨ ਉਸ ਵੇਲੇ? ਮੁਸਲਮਾਨ 6 ਸਨ ਭਰਾਈ। ਜਿਹੜੇ ਇੱਥੇ ਸਿੱਖ ਰਹਿੰਦੇ ਸਨ ਤੁਹਾਡੇ ਪਿੰਡ ਦੇ ਵਿੱਚ ਜਾਂ ਲਾਟੂਆਂ ਦੇ ਡੇਰੇ ਦੇ ਵਿੱਚ, ਕਿਸੇ ਦੇ ਨਾਂ ਯਾਦ ਨੇ? ਕਿਸੇ ਨੂੰ ਜਾਣਦੇ ਹੋ ਤੁਸੀਂ? ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ? ਸਿੱਖਾਂ ਨੂੰ। ਸਿੱਖਾਂ ਨੂੰ ਇਹਦੇ ਲਾਟੂਆਣੇ ਰਹਿੰਦਾ ਸੀ ਹਜ਼ੂਰ ਸਿੰਘ ਰਸਾਲਦਾਰ, ਉਹਦਾ ਪੁੱਤਰ ਸੀ ਤਖਤ ਸਿੰਘ, ਅੱਗੋਂ ਉਹਦੇ ਪੁੱਤਰ ਤਖਤ ਸਿੰਘ ਦੇ ਪੁੱਤਰ ਦੋ ਜਾਣਦੇ ਸਾਂ ਅਸੀਂ ਉਹਨਾਂ ਨੂੰ। ਇੱਕ ਇਹਦੇ ਨਾਂ ਸੀ ਗੁਰਲਾਲ ਸਿੰਘ ਅਤੇ ਇੱਕ ਦੇ ਨਾਂ ਸੀ ਦਰਸ਼ਨ। ਅਤੇ ਫਿਰ ਸੀ ਬਾਬਾ ਫੌਜਾ ਸਿੰਘ, ਅਤੇ ਅੱਗੋਂ ਉਹਦੇ ਇੱਕ ਦੇ ਨਾਂ ਸੀ ਪਾਲਾ ਸਿੰਘ, ਸਣਤ ਸਿੰਘ, ਰਵਨਿਸ਼ ਸਿੰਘ, ਗੰਡਾ ਸਿੰਘ। ਇਹ ਡੇਰੇ ਲਾਟੂਆਣੇ ਦੇ ਸਨ? ਇਹ ਡੇਰੇ ਲਾਟੂਆਣੇ ਦੇ ਸਨ। ਅਤੇ ਜਿਹੜੇ ਹੋਰ ਤੁਸੀਂ ਡੇਰਿਆਂ ਦੇ ਨਾਂ ਲੈ ਰਹੇ ਸੀ ਪਹਿਲੇ, ਹੋਰ ਆ ਡੇਰਾ 'ਚ ਬੱਚਿਆਂ ਨਾਲ, ਇਹਦੇ 'ਤੇ ਸੀ ਸਰਦਾਰਾ ਸਿੰਘ, ਅਜਾਗਰ ਸਿੰਘ, ਹਜ਼ੂਰ ਸਿੰਘ, ਅਤੇ ਇੰਦਰ ਸਿੰਘ, ਅਤੇ ਅਨੋਖ ਸਿੰਘ। ਅੱਛਾ, ਇਹਨਾਂ ਸਿੱਖਾਂ ਨੂੰ ਤੁਸੀਂ ਜਾਣਦੇ ਹੋ, ਇਹਨਾਂ ਦੇ ਨਾਲ ਖੇਡਦੇ ਰਹੇ ਜੀ ਤੁਸੀਂ? ਉਹ ਤਾਂ ਉਦੋਂ ਉਮਰ ਸੀਡਾ ਸਨ ਜਿਹਨਾਂ ਦੇ ਨਾਂ ਪੈ ਲੈਂਦਾ ਵਾਂ, ਅਤੇ ਜਿਹੜੇ ਉਹਨਾਂ ਦੇ ਬੱਚੇ ਸਨ ਉਹਨਾਂ ਨੂੰ ਨਹੀਂ ਅਸੀਂ ਜਾਣਦੇ। ਅੱਛਾ, ਉਹਨਾਂ ਨੂੰ ਨਹੀਂ ਜਾਣਦੇ? ਹਾਂ। ਕੋ ਤੁਹਾਡੇ ਵੀ ਯਾਰ ਬੇਲੀ ਹੋਣੇ ਨੇ ਸਿੱਖ? ਸਾਡੇ ਯਾਰ ਬੇਲੀ ਸਨ ਇੱਥੋਂ ਦੇ ਵਰਨਾ ਦੇ। ਉਹਨਾਂ ਦੇ ਨਾਂ ਸਾਨੂੰ ਦੱਸੋ।
ਉਹ ਰਾਮ ਸਿੰਘ ਦਾ ਪੁੱਤਰ ਸੀ ਰਵਣਸ। ਬਣਸਾ ਜੰਗੀਰ ਅਤੇ ਔਰ ਸਣਤ ਸਿੰਘ ਅਤੇ ਇੱਕ ਸੀ ਹੋਰ ਧਰਮ ਸਿੰਘ ਅਤੇ ਦੂਜਾ ਸਨ ਸਨ ਕੇਰ ਸਿੰਘ। ਅੱਛਾ ਬਾਬਾ ਜੀ, ਇਹ ਦੱਸੋ ਜਿਹੜੇ ਸਿੱਖ ਇੱਥੇ ਲਾਟੂਆਂ ਦੇ ਡੇਰੇ ਦੇ ਵਿੱਚ ਰਹਿੰਦੇ ਸਨ, ਇਹ ਸਾਡੇ ਮੁਸਲਮਾਨਾਂ ਨਾਲ ਸਹੀ ਰਹਿੰਦੇ ਸਨ? ਆਹੋ। ਅਤੇ ਇੱਥੇ ਕਿੱਡੇ ਕੁ ਵੱਡੇ ਮਾਲਕ ਸਨ, ਕੋਈ ਯਾਦ ਹੈ? ਮਾਲਕ ਜਿਹੜੇ ਵੱਡੇ ਸਨ ਉਹ ਤਾਂ ਦੂਜੇ ਸਨ, ਫੌਜਾ ਸਿੰਘ ਸੀ ਅਤੇ ਉਹਦੇ ਭਤਰੀਏ ਸਨ ਤਾਰਾ ਸਿੰਘ, ਹਜ਼ਾਰਾ ਸਿੰਘ, ਸ਼ਿੰਗਾਰਾ ਸਿੰਘ ਅਤੇ ਹਜ਼ੂਰ ਸਿੰਘ ਜਿਹੜਾ ਹੈ ਉਹ ਰਸਾਲਦਾਰ ਸੀ, ਉਹ ਵੱਖਰਾ ਸੀ। ਉਹਦੀ ਤਾਂ ਬੜੀ ਜ਼ਮੀਨ ਸੀ ਇੱਥੇ, ਅਤੇ ਵਰਨੀਵੀਂ ਜ਼ਮੀਨ ਸੀ, ਫਿਰ ਉਹਦੀ ਹਰਦਈ ਜ਼ਮੀਨ ਸੀ, ਫਿਰ ਯੂਪੀ ਸੀ ਪੀ ਵੀ ਸੀ। ਅੱਛਾ, ਉਹ ਸਿੱਖ ਅਮੀਰ ਬੰਦਾ ਸੀ? ਹਾਂ, ਉਹ ਅਮੀਰ ਬੰਦਾ ਸੀ ਸਿੱਖ ਜਿਹੜਾ ਸੀ। ਅਤੇ ਇਹ ਬਜ਼ੁਰਗੋ ਜਿਹੜੇ ਤੁਸੀਂ ਸਿੱਖਾਂ ਦੇ ਨਾਂ ਲਏ ਨੇ, ਇਹ ਸਾਰੇ ਸਾਡੇ ਮੁਸਲਮਾਨਾਂ ਨਾਲ ਠੀਕ ਰਹਿੰਦੇ ਸਨ, ਇਹਨਾਂ ਦੇ ਲੈਣ ਦੇਣ ਸਹੀ ਸੀ? ਬਸ ਜੀ, ਇਸੇ ਤਰ੍ਹਾਂ ਜਿਵੇਂ ਬਰਾਦਰੀਆਂ ਦੇ ਵਿੱਚ ਜਿਵੇਂ ਅਸੀਂ ਆਪਸ ਵਿੱਚ ਵੀ ਲੜਵੇ ਪੈਂਦੇ ਹਾਂ। ਜੀ ਜੀ। ਅਤੇ ਫਿਰ ਚਾਹੁੰਦੇ ਉਹਨਾਂ ਨੂੰ ਰਾਜ਼ੀ ਵੀ ਹੋ ਜਾਂਦੇ ਹਾਂ, ਇਸੇ ਤਰ੍ਹਾਂ ਅਸੀਂ ਉਦੋਂ ਵੀ ਜਦੋਂ ਪਿਆਰ ਮੁਹੱਬਤ ਸੀ ਲੜਾਈਆਂ ਵੀ ਹੋ ਜਾਂਦੀਆਂ ਸੀ ਅਤੇ ਸੁਲਾ ਵੀ ਹੋ ਜਾਂਦੀਆਂ, ਸੁਲਾ ਵੀ ਹੋ ਜਾਣੀ। ਵਕਤ ਅੱਛਾ ਸੀ ਉਹ? ਬੜਾ ਵਕਤ ਅੱਛਾ ਸੀ ਜਦੋਂ ਇੱਥੇ ਸਿੱਖ ਮੁਸਲਮਾਨ ਰਹਿੰਦੇ ਸਨ, ਚੰਗੇ ਸਨ? ਚੰਗੇ ਸਨ। ਅੱਛਾ ਬਾਬਾ ਜੀ, ਜਦੋਂ ਸਾਡੇ ਮੁਸਲਮਾਨ ਕੁਰਬਾਨੀ ਕਰਦੇ ਸੀ ਗੋਸ਼ਤ ਵਗੈਰਾ, ਇਹ ਮਨਾ ਤਾਂ ਨਹੀਂ ਸੀ ਤੁਹਾਨੂੰ ਕਰਦੇ? ਵੱਡਾ ਡੰਗਰ ਨਹੀਂ ਸਨ ਕਰਨ ਦਿੰਦੇ, ਬੱਕਰਾ ਕਰੋ ਛਤਰਾ ਕਰੋ। ਅਤੇ ਇਹਨਾਂ ਦੀਆਂ ਵਿਆਹਾਂ ਸ਼ਾਦੀਆਂ 'ਚ ਵੀ ਚਲੇ ਜਾਂਦੇ ਸੀ ਇਹ ਸਾਨੂੰ, ਜਾਂ ਤੁਸੀਂ ਇਹਨਾਂ ਨੂੰ ਬੁਲਾਉਂਦੇ ਸੀ, ਜਾਂ ਇਹ ਵੀ ਤੁਹਾਨੂੰ ਬੁਲਾ ਲੈਂਦੇ ਸੀ ਆਪਣੇ ਵਿਆਹਾਂ ਸ਼ਾਦੀਆਂ? ਜੀ, ਇੱਕ ਘਰ ਬੁਲਾਉਂਦਾ ਸੀ ਸਾਨੂੰ, ਉਹ ਲਾਲਕੇ ਸੀ, ਸਾਡੇ ਬਾਪ ਦਾ ਭਾਈ ਬਣਿਆ ਸੀ, ਹੰਜਰਾ ਕੌਮ ਦਾ ਸੀ। ਅੱਛਾ, ਲਾਲਕਿਆਂ ਦਾ ਸਿੱਖ ਸੀ ਉਹ? ਲਾਲਕਿਆਂ ਦਾ ਸੀ, ਈਸਰ ਸਿੰਘ ਉਹਦੇ ਨਾਂ ਸੀ। ਅਤੇ ਉਹ ਸਾਡੀਆਂ ਸ਼ਾਦੀਆਂ 'ਚ ਆ ਜਾਂਦਾ ਸੀ ਅਤੇ ਰੋਟੀ ਕੱਚੀ ਲੈਂਦੇ ਸਨ ਅਤੇ ਕੱਚੀ ਦਿੰਦੇ ਸਨ, ਪੱਕੀ ਰੋਟੀ ਅਸਾਂ ਨਾ ਉਹਨਾਂ ਦੀ ਖਾਧੀ ਹੈ ਨਾ ਉਹਨਾਂ ਸਾਡੀ ਖਾਧੀ ਹੈ। ਉਂਝ ਵਿਆਹਾਂ ਸ਼ਾਦੀਆਂ 'ਚ ਆਉਂਦੇ ਜਾਂਦੇ ਸੀ? ਆਹ। ਅਤੇ ਇਹ ਜਿਹੜੇ ਸਿੱਖਾਂ ਦਾ ਤੁਸੀਂ ਨਾਂ ਲੈ ਰਹੇ ਜੇ, ਇਹ ਸਾਰੇ ਵਾਈ ਵੀ ਜੀ ਕਰਦੇ ਹੁੰਦੇ ਸਨ? ਜੀ ਆ। ਇਹਨਾਂ ਨੇ ਕੋਈ ਮਾਲ ਡੰਗਰ ਵੀ ਰੱਖਿਆ ਸੀ? ਬੜਾ। ਕਿਹੜੇ ਕਿਹੜੇ ਘਰ ਨੇ ਜ਼ਿਆਦਾ ਮਾਲ ਡੰਗਰ ਰੱਖਿਆ ਸੀ? ਬਾਲਾ ਮਹਾਰਾਜ ਹਜ਼ੂਰ ਸਿੰਘ ਕਿਆ ਰੱਖਿਆ ਸੀ, ਰਸਾਲਦਾਰ ਨੇ। ਦੂਜੇ ਸਨ ਕਿਸੇ ਭੇਡਾਂ ਬੱਕਰੀਆਂ ਰੱਖੀਆਂ ਸਨ, ਕਿਸੇ ਡੰਗਰ ਵੀ ਰੱਖੇ ਸਨ, ਸਾਰੇ ਇਸੇ ਤਰ੍ਹਾਂ ਸੀ। ਅੱਛਾ ਬਾਬਾ ਜੀ, ਹੁਣ ਅਸੀਂ ਉਹਨੇ ਆਪਣੇ ਮੁਸਲਮਾਨਾਂ ਨਾਲ, ਤੁਹਾਡੇ ਬਜ਼ੁਰਗਾਂ, ਤੁਹਾਡੇ ਵੱਡ ਵਡੇਰਿਆਂ ਨਾਲ, ਜਿਹੜੇ ਤੁਹਾਡੇ ਬਜ਼ੁਰਗ ਵੱਡ ਵਡੇਰੇ ਸਨ, ਉਹ ਕੰਮ ਕਾਰ ਕੀ ਕਰਦੇ ਸਨ ਉਸ ਟਾਈਮ? ਵਾਈ ਬੀਜੀ ਦਾ ਹੀ ਕਰਦੇ ਸਨ। ਅਤੇ ਮਾਲ ਡੰਗਰ ਤੁਹਾਡੇ ਬਜ਼ੁਰਗਾਂ ਨੇ ਵੀ ਰੱਖਿਆ ਸੀ? ਆਹ। ਸਭ ਤੋਂ ਜ਼ਿਆਦਾ ਸਾਡੇ ਮੁਸਲਮਾਨਾਂ ਦੇ ਵਿੱਚ ਕਿਹੜਾ ਅਮੀਰ ਬੰਦਾ ਸੀ, ਇਸ ਡੇਰੇ ਦੇ ਵਿੱਚੋਂ ਜਾਂ ਪਿੰਡ ਵਰਨ ਦੇ ਵਿੱਚੋਂ? ਇਸ ਡੇਰੇ ਦੇ ਵਿੱਚੋਂ ਬੜਾ ਅਮੀਰ ਬੰਦਾ ਸੀ ਬਾਬਾ ਮੱਲਾ। ਬਾਬਾ ਮੱਲਾ? ਆਹ।
ਉਹ ਤੁਹਾਡਾ ਕੀ ਲੱਗਦਾ ਸੀ ਕਿ ਬਰਾਦਰੀ ਸੀ? ਬਰਾਦਰੀ ਸੀ ਸਾਡਾ, ਚੌਥੀ ਪੀੜ੍ਹੀ ਮੇਰੇ ਤੋਂ ਸੀ ਉਹ ਦੂਰ ਸਾਈਡ ਤੇ। ਚਲੋ ਆਪਣਾ ਹੀ ਹੋਇਆ ਨਾ, ਇੱਕ ਹੀ ਦਾਦੇ ਦੀ ਔਲਾਦ ਸੀ ਨਾ? ਐ ਬਾਬੇ ਮੱਲੇ ਦੀ ਔਲਾਦ ਚੋਂ ਨੇ। ਜੀ ਜੀ। ਤੇ ਜਿਹੜੇ ਬਾਬਾ ਜੀ ਮੁਸਲਮਾਨ ਸਨ, ਇਹ ਵਾਈ ਬੀਜੀ ਕਰਦੇ ਸਨ, ਤੇ ਇਹਨਾਂ ਨੇ ਮਾਲ ਡੰਗਰ ਜ਼ਿਆਦਾ ਕਿਹੜੇ ਘਰ ਨੇ ਰੱਖਿਆ ਹੁੰਦਾ ਸੀ ਇਹਨਾਂ ਚੋਂ? ਮਾਲ ਡੰਗਰ ਸਾਡੇ ਸੋਝੇ ਹੀ ਤੇ ਮੇਰੇ ਬਾਪ ਰੱਖਿਆ ਸੀ। ਅੱਛਾ, ਤੁਹਾਡੇ ਵਾਲਦ ਸਾਹਿਬ ਨੇ। ਜੀ ਠੀਕ ਹੋ ਗਿਆ। ਤੇ ਤੁਸੀਂ ਬਾਬਾ ਜੀ ਹਾਲੀ ਵੀ ਸੀ, ਹਲ ਵਾਹੁੰਦੇ ਰਹੇ ਜਦੋਂ? ਹਾਂ ਹਲ ਵਾਹੁੰਦੇ ਸਨ। ਤੇ ਮਾਲ ਡੰਗਰ ਜ਼ਿਆਦਾ ਕਿੱਧਰ ਛੱਡਦੇ ਹੁੰਦੇ ਸੀ ਤੁਸੀਂ ਉਸ ਟਾਈਮ? ਉਦੋਂ ਬੰਜਰ ਭੋਏ ਬੜੀ ਹੁੰਦੀ ਸੀ ਅਤੇ ਮਾਲ ਚੁੱਗ ਕੇ ਰੱਜ ਲੈਂਦਾ ਸੀ। ਅੱਛਾ ਬਾਬਾ ਜੀ, ਅਤੇ ਪਿੰਡ ਵਰਨ ਦਾ ਲੰਬੜਦਾਰ ਉਸ ਟਾਈਮ ਕਿਹੜਾ ਸਿੱਖ ਸੀਗਾ? ਲੰਬੜਦਾਰ ਸੀ ਭਾਣ ਸਿੰਘ ਅਤੇ ਲਾਭ ਸਿੰਘ, ਹਜ਼ੂਰ ਸਿੰਘ, ਗੁਰਬਚਨ ਸਿੰਘ, ਚਾਰ ਲੰਬੜਦਾਰ ਸਨ ਵਰਨ ਪਿੰਡ ਦੇ। ਇਹਨਾਂ 'ਚੋਂ ਕੋਈ ਤੁਸੀਂ ਵੇਖਿਆ ਵੀ ਹੈ ਲੰਬੜਦਾਰ? ਦੋ ਵੇਖੇ ਨੇ। ਕਿਹੜੇ ਕਿਹੜੇ ਵੇਖੇ ਨੇ? ਦੋ ਵੀ ਤ੍ਰਾਏ, ਹਜ਼ੂਰ ਸਿੰਘ ਵੀ ਵੇਖਿਆ, ਗੁਰਬਚਨ ਸਿੰਘ ਵੀ ਵੇਖਿਆ ਅਤੇ ਲਾਭ ਸਿੰਘ ਵੀ ਵੇਖਿਆ। ਅੱਛਾ ਬਾਬਾ ਜੀ, ਪਿੰਡ ਵਰਨ ਦੇ ਵਿੱਚ ਉਸ ਟਾਈਮ ਮਸਜਿਦਾਂ ਕਿੰਨੀਆਂ ਸੀ ਸਾਡੇ ਮੁਸਲਮਾਨਾਂ ਦੀਆਂ? ਦੋ। ਅਤੇ ਸਿੱਖਾਂ ਦੇ ਗੁਰਦੁਆਰੇ? ਸਿੱਖਾਂ ਦੇ ਗੁਰਦੁਆਰੇ ਚਾਰ। ਚਾਰ। ਅਤੇ ਪਿੰਡ ਵਰਨ ਦੀਆਂ ਬਾਬਾ ਜੀ ਪੱਤੀਆਂ ਕਿੰਨੀਆਂ ਸੀ? ਚਾਰ ਪੱਤੀਆਂ। ਕਿਹੜੀ ਕਿਹੜੀ ਪੱਤੀ ਸੀ? ਪੱਤੀ ਹਸਨੇ ਕੀ, ਸ਼ਮੀਰ ਕੀ, ਬੂੜੇ ਕੀ, ਲਾਲੇ ਕੀ। ਚਾਰ ਪੱਤੀਆਂ। ਅੱਛਾ ਬਾਬਾ ਜੀ, ਤੇ ਤੁਹਾਨੂੰ ਇੱਥੇ ਨੇੜੇ ਸ਼ਹਿਰ ਕਿਹੜਾ ਵੱਡਾ ਲੱਗਦਾ ਸੀ ਉਸ ਟਾਈਮ? ਸ਼ਹਿਰ ਫਿਰੋਜ਼ਾਬਾਦ। ਅੱਛਾ ਬਾਬਾ ਜੀ, ਹੁਣ ਆਪਾਂ ਆਉਂਦੇ ਹਾਂ ਆਪਸ 'ਚ ਰਹਿਣ ਸਹਿਣ ਦੀ ਗੱਲਬਾਤ ਕਰਦੇ ਹਾਂ। ਸਾਡੇ ਸਿੱਖ ਵੀਰ, ਮੁਸਲਮਾਨ ਵੀਰ ਆਪਸ 'ਚ ਪਿੰਡ ਦੇ ਵਿੱਚ ਜਾਂ ਆਸੇ ਪਾਸੇ ਪਿੰਡਾਂ ਦੇ, ਇਹਨਾਂ ਦੇ ਵਸੇਬ ਕਿੱਦਾਂ ਦੇ ਸੀ, ਰਹਿਣ ਸਹਿਣ ਕਿੱਦਾਂ ਦਾ ਸੀ? ਮੁਖਤਲਿਫ ਸਨ, ਕੋਈ ਚੰਗਾ ਰਹਿਣ ਸਹਿਣ ਸੀ ਕਿ ਮਾੜਾ ਸੀ, ਜਿਹੜੇ ਬਾਹਲੇ ਵਾਹੀ ਕਰਦੇ ਸਨ ਉਹਨਾਂ ਦੇ ਤਾਂ ਮਾੜਾ ਹੀ ਸਨ ਰਹਿਣ ਸਹਿਣ, ਉਹ ਤਾਂ ਮੈਲੇ ਹੀ ਰਹਿੰਦੇ ਸਨ ਹਰ ਵੇਲੇ। ਅੱਛਾ। ਅਤੇ ਦਰਅਸਲ ਇੱਥੇ ਬਾਹਲੇ ਕੂਕੇ ਸਨ। ਜੀ ਜੀ। ਹਾਂ, ਵਰਨਾ ਦੇ ਵਿੱਚ ਬਾਹਲਾ ਅਮੀਰ ਸੀ ਤੇਜਾ ਸਿੰਘ। ਤੇਜਾ ਸਿੰਘ। ਹਾਂ। ਉਹਦੀ ਕਿੰਨੀ ਕੁ ਪੈਲੀ ਸੀ? ਉਹਦੀ ਪੈਲੀ ਵਾਹਵਾ ਚੌਖੀ ਸੀ। ਮਾਲ ਡੰਗਰ ਵੀ ਉਹਨੇ ਰੱਖਿਆ ਸੀ? ਹਾਂ, ਮਾਲ ਡੰਗਰ ਵੀ ਰੱਖਿਆ ਸੀ, ਚਾਰ ਪੰਜ ਕਾਮੇ ਰੱਖਦਾ ਸੀ। ਇੱਕ ਪੁੱਤਰ ਸੀ ਉਹਦਾ, ਕੰਧਾਰਾ ਸਿੰਘ। ਅੱਛਾ ਬਾਬਾ ਜੀ, ਉਸ ਟਾਈਮ ਸਾਡੇ ਮੁਸਲਮਾਨਾਂ ਦੇ ਵਿੱਚ ਜ਼ਿਆਦਾ ਮਸ਼ਹੂਰ ਬੰਦਾ ਕਿਹੜਾ ਸੀਗਾ ਤੁਹਾਡੇ ਇਸ ਡੇਰੇ ਤੋਂ ਜਾਂ ਪਿੰਡ ਦੇ ਵਿੱਚੋਂ, ਵਰਨ ਦੇ ਵਿੱਚੋਂ? ਮਸ਼ਹੂਰ ਤਾਂ ਉਦੋਂ ਸੀ, ਬਾਬੇ ਮੱਲੇ ਦਾ ਪੁੱਤਰ ਸੀ ਬਹਾਦਰ, ਉਦੋਂ ਸਿੱਖਾਂ ਵਾਂਗ ਡੱਕ ਦਿੱਤੀ ਸੀ ਮੁਸਲਮਾਨਾਂ ਦੀ ਇੱਥੇ ਪਿੰਡ ਵਰਨ ਦੇ ਵਿੱਚ। ਹਾਂ ਜੀ ਜੀ।
ਅਤੇ ਫਿਰ ਇੱਥੋਂ ਇਹ ਸਾਰੇ ਸਾਡੇ ਗਏ ਸਨ ਅਤੇ ਇਹਨਾਂ ਜਾ ਕੇ ਤਾਂ ਵਾਂਗ ਦਿੱਤੀ ਸੀ। ਤੁਹਾਡੇ ਬਜ਼ੁਰਗ, ਤੁਹਾਡੇ ਵੱਡੇ ਵਡੇਰੇ, ਕੋਈ ਲੜਾਈ ਉੱਥੇ, ਲੜਾਈ ਝਗੜਾ ਤਾਂ ਨਹੀਂ ਸੀ ਹੋਇਆ? ਲੜਾਈ ਹੋਈ ਸੀ। ਅੱਛਾ, ਫਿਰ ਐਸ ਪੀ ਆਇਆ ਸੀ ਅਤੇ ਉਸ ਫਿਰ ਫੈਸਲਾ ਕੀਤਾ ਸੀ ਵੀ ਮੁਸਲਮਾਨ ਵਾਂਗ ਦੇਣ, ਤੁਸੀਂ ਸਿੰਖ ਵਜਾਓ ਟਾਈਮ ਨਾਲ, ਮੁਸਲਮਾਨ ਵਾਂਗ ਦੇਣ ਟਾਈਮ ਨਾਲ, ਜੇ ਟਾਈਮੀ ਨਾ ਇਹ ਵਾਂਗ ਦੇਣ ਅਤੇ ਨਾ ਤੁਸੀਂ ਸਿੰਖ ਵਜਾਓ। ਫਿਰ ਉਸ ਤੋਂ ਮਗਰੋਂ ਕੋਈ ਲੜਾਈ ਝਗੜਾ ਨਹੀਂ ਹੋਇਆ? ਨਹੀਂ, ਠੀਕ ਹੋ ਗਿਆ। ਅੱਛਾ ਬਾਬਾ ਜੀ, ਜਿਹੜੇ ਤੁਹਾਡੇ ਬਜ਼ੁਰਗ ਸਨ ਵਡੇਰੇ, ਉਹਨਾਂ ਦਾ ਵੀ ਵਾਹਿਗੁਰੂ ਦਾ ਕੰਮ ਸੀ? ਵਾਹਿਗੁਰੂ ਜੀ ਦਾ। ਅਤੇ ਤੁਹਾਡੇ ਘਰ ਦਾ ਜ਼ਿਆਦਾ ਪ੍ਰੀਤ ਕਿਹੜੇ ਸਿੱਖ ਨਾਲ ਸੀ? ਪ੍ਰੀਤ ਸਾਡੀ ਉਹ ਸਿੱਖ ਨਾਲ ਸੀ, ਲਾਲਕਿਆਂ ਦਾ ਸੀ ਨਾਲ, ਹੰਜਰਾ ਜਿਹੜਾ ਦੱਸ ਰਹੇ ਸੀ ਤੁਸੀਂ। ਅਤੇ ਇਸ ਪਿੰਡ ਦੇ ਵਿੱਚੋਂ, ਵਰਨ ਦੇ ਵਿੱਚੋਂ ਕਿਸੇ ਸਿੱਖ ਨਾਲ? ਇੱਥੋਂ ਸਾਰਿਆਂ ਨਾਲ ਇਹ ਲੈਣ ਦੇਣ ਹੈ ਸੀ, ਵਰਤਣ ਛਿਦਣ, ਕਿਸੇ ਦੇ ਹਾਲ ਫੜ ਲਏ, ਕਿਸੇ ਦੇ ਕਿਸੇ ਨੇ ਜੋਤਰਾ ਲਵਾ ਦਿੱਤਾ, ਕਿਸੇ ਤੋਂ ਲੈ ਲਿਆ, ਇਸੇ ਤਰ੍ਹਾਂ ਅਸੀਂ ਬਸ ਜਿਵੇਂ ਵਿੱਚ ਵੱਸਦੇ ਹਾਂ, ਕਿਸੇ ਤੋਂ ਪਾਣੀ ਦਾ ਪਾਰ ਲੈ ਲਿਆ, ਕੋਈ ਦੋ ਘੰਟੇ ਦੇ ਦਿੱਤੇ। ਉਦੋਂ ਬਾਬਾ ਜੀ ਨਹਿਰੀ ਪਾਣੀ ਸੀ ਜਾਂ ਖੂਹਾਂ ਦਾ ਸੀ? ਸਾਡੀ ਸੰਭਾਲ 'ਚ ਨਹਿਰੀ ਹੀ ਸੀ, ਉਦੋਂ ਪਹਿਲੇ ਖੂਹ ਸਨ। ਖੂਹ ਇੱਥੇ ਕੋਈ ਚੱਲਦੇ ਵੇਖੇ ਤੁਸੀਂ ਆਪਣੀ ਅੱਖਾਂ ਨਾਲ? ਕਿੱਥੇ ਕਿੱਥੇ ਵੇਖੇ ਸੀ? ਖੂਹ ਸਾਡਾ ਵੀ ਇੱਥੇ ਚੱਲਦਾ ਸੀ। ਤੁਹਾਡੇ ਖੂਹ ਦਾ ਕੀ ਨਾਂ ਸੀ? ਤਾਰੜਾ ਵਾਲਾ। ਅੱਛਾ, ਤਾਰੜਾ ਵਾਲਾ, ਆਪਣੀ ਬਰਾਦਰੀ ਤੋਂ ਵੱਜਦਾ ਸੀ। ਅਤੇ ਜਿਹੜੇ ਸਿੱਖਾਂ ਦੇ ਸੀ, ਕਿਸੇ ਖੂਹਾਂ ਦੇ ਨਾਂ ਯਾਦ ਨੇ? ਖੂਹ ਸਿੱਖਾਂ ਦਾ ਸੀ, ਇੱਥੇ ਆ ਦੋ ਝੂਠੀਆਂ ਸਾਡਾ ਦੁੱਟਾ ਇਹਨੂੰ ਆਉਂਦੇ ਨੇ, ਆਵੇ ਹਾਂ ਨਾਲ ਪਿੰਡ ਸਾਰਾ ਜਾ ਡੇਰਾ ਥੋੜ੍ਹੇ ਜਿਹੇ ਕਰਨੇ ਇੱਥੇ। ਅਤੇ ਪਿੰਡ ਦੇ ਵਿੱਚ ਬਾਬਾ ਜੀ ਕਿੰਨੀਆਂ ਖੂਹੀਆਂ ਸੀ ਪਿੰਡ ਵਰਨ ਦੇ ਵਿੱਚ? ਉਹਨਾਂ ਦਾ ਮੈਨੂੰ ਨਹੀਂ ਪਤਾ ਕਿੰਨੀਆਂ ਕੁ ਸਨ। ਅੱਛਾ, ਉਹਨਾਂ ਦਾ ਨਹੀਂ ਯਾਦ ਹੈ। ਅੱਛਾ ਬਾਬਾ ਜੀ, ਹੁਣ ਅਸੀਂ ਆਉਂਦੇ ਹਾਂ ਵੱਡ ਟੋਕ ਵਾਲੇ ਪਾਸੇ, ਵੀ ਜਦੋਂ ਜਾੜੇ ਪਏ ਨੇ ਉਦੋਂ ਕੀ ਹਾਲਾਤ ਸਨ? ਫਿਰ ਇੱਥੋਂ ਸਿੱਖ ਕਿਵੇਂ ਨਿਕਲੇ? ਕੋਈ ਵੱਢ ਟੁੱਕ ਪਿੰਡ ਦੇ ਵਿੱਚ ਤਾਂ ਨਹੀਂ ਹੋਈ? ਨਹੀਂ, ਉਹ ਸਾਨੂੰ ਦੱਸੋ। ਅਸੀਂ ਨਾ ਉਦੋਂ ਰਸਤਾ ਆਇਆ ਹੀ ਸੀ ਸਾਡੇ ਸੂਬੇ ਦਾ ਹੀ, ਉਹਨਾਂ ਸੱਚੇ ਸੌਦੇ ਜਾਣਾ ਸੀ, ਗੁਜਰਾਲਾ ਸਾਰਾ ਇੱਥੋਂ ਲੰਘਦਾ ਸੀ, ਅਤੇ ਅਸੀਂ ਇੱਥੋਂ ਉੱਠ ਕੇ ਅਤੇ ਬਾਲ ਬੱਚਾ ਜਿਹੜਾ ਸੀ ਨਾ ਸਾਰਾ ਅਸੀਂ ਜੰਡਿਆਲੇ ਤੁਰ ਗਏ ਸਾਂ। ਅੱਛਾ, ਜਿਹੜੇ ਸਾਡੇ ਮੁਸਲਮਾਨ ਵੀਰ ਸਨ? ਜੀ ਜੀ। ਅਤੇ ਉਂਝ ਸਾਨੂੰ ਕਿਸੇ ਉਹ ਵੀ ਨਹੀਂ ਆਖੀ। ਇੱਕ ਦਿਨ ਜਥਾ ਲੰਘਿਆ ਇੱਥੋਂ, ਹਰਲਾਲੀ ਜਾਣਾ ਸਾਨੇ, ਇੱਕ ਮੁਸਲਮਾਨ ਸੀ ਮੇਰ ਮੇਰਾ ਮੇਰਦੀਨ ਹਰਲ, ਉਹਨੂੰ ਮਾਰਨ ਵਾਸਤੇ ਜਾਣਾ ਸਾਨੇ, ਅਤੇ 70 ਘੋੜੀ ਆਈ ਹੈ, ਅਤੇ ਇੱਕ ਜਿਹੜਾ ਸਿੱਖ ਸੀ ਨਾ ਇੱਥੋਂ ਚਬੱਚੇ ਨੇ ਸਰਦਾਰਾ ਸਿੰਘ, ਉਸ ਆਪਣੀ ਘੋੜੀ ਇੱਥੇ ਲਿਆ ਕੇ ਖਿਲਾਰੀ ਆ ਜਿੱਥੇ ਟ੍ਰਾਂਸਫਾਰਮ ਹੈ, ਵੀ ਉਹ ਮੁਸਲਮਾਨਾਂ ਦੀ ਹਿਫਾਜ਼ਤ ਵਾਸਤੇ ਖਲੋਤਾ ਸੀ। ਉਹ ਇਸ ਪਿੰਡ ਵਰਨ ਦਾ ਰਹਿਣ ਵਾਲਾ ਸੀ? ਡੇਰੇ 'ਤੇ ਰਹਿੰਦਾ ਸੀ ਉਹ। ਅੱਛਾ, ਉਹ ਡੇਰੇ 'ਤੇ ਰਹਿੰਦਾ ਸੀ, ਉਹ ਤੁਹਾਡੀ ਹਿਫਾਜ਼ਤ ਵਾਸਤੇ ਇੱਥੇ ਖਲੋ ਗਿਆ।
ਚਲੋ ਜੀ, ਉਹਦੀ ਬੜੀ ਮਿਹਰਬਾਨੀ ਜੀ। ਅੱਛਾ ਬਾਬਾ ਜੀ, ਫਿਰ ਇੱਥੋਂ ਸਿੱਖ ਨਿਕਲੇ ਕਿਵੇਂ ਸੀ? ਇਕੱਠੇ ਨਿਕਲੇ ਸੀ ਜਾਂ ਇਕੱਲਾ ਇਕੱਲਾ ਕੁਕਾਰ? ਆਪੇ ਨਿਕਲ ਗਏ ਸੀ, ਨਾ ਕੋਈ ਫੌਜ ਆਈ ਹੈ ਅਤੇ ਨਾ ਮਿਲਟਰੀ ਆਈ ਹੈ। ਉਹ ਆਡਰ ਹੀ ਹੋਇਆ ਚੱਲਦੇ ਹੋਏ ਉੱਠ ਕੇ ਤੁਰ ਗਏ ਨੇ ਆਪਣੀ ਮਰਜ਼ੀ ਨਾਲ। ਹਾਂ, ਕੋਈ ਪਿੰਡ ਦੇ ਵਿੱਚ ਕਤਲੋ ਗਾਰਤ ਨਹੀਂ ਹੋਈ? ਪਿੰਡ ਵਰਗਾ ਨਹੀਂ, ਕੋਈ ਨਹੀਂ ਹੋਈ। ਕੋ ਆਸੇ ਪਾਸੇ ਕੋ ਸੁਣੀ? ਨਹੀਂ, ਕੋਈ ਨਹੀਂ ਹੋਈ ਜੀ। ਠੀਕ ਹੋ ਗਿਆ। ਅੱਛਾ ਬਾਬਾ ਜੀ, ਇਹ ਤੁਹਾਨੂੰ ਉਦੋਂ ਵਕਤ 'ਤੇ ਪਤਾ ਲੱਗਾ ਸੀ ਵੀ ਇੱਦਾਂ ਹੋ ਜਾਣਾ ਪਾਕਿਸਤਾਨ ਹਿੰਦੁਸਤਾਨ, ਕਿ ਪਹਿਲੇ ਲੋਕ ਬਜ਼ੁਰਗ ਵੱਡੇ ਵਡੇਰੇ ਸਾਡੇ ਗੱਲਾਂ ਕਰਦੇ ਹੁੰਦੇ ਸਨ? ਨਹੀਂ, ਗੱਲਾਂ ਗੁੱਲਾਂ ਜਾਂ 6 ਮਹੀਨੇ ਪਹਿਲਾਂ ਪਤਾ ਲੱਗਾ ਸੀ ਵੀ ਆਹ ਗੱਲ ਬਣਨੀ ਹੈ। ਅੱਛਾ, ਜਦੋਂ ਫਿਰ ਇੱਥੋਂ ਚਲੇ ਗਏ ਨੇ, ਇਹ ਕਿੰਨੇ ਕੁ ਦਿਨ ਰੌਲਾ ਪਿਆ ਰਿਹਾ ਸੀ ਇੱਥੇ? ਕੋਈ 10-20 ਦਿਨ ਹੀ ਰੌਲਾ ਰਿਹਾ ਅਤੇ ਫਿਰ ਅਸੀਂ ਆ ਗਏ ਸਾਂ ਇੱਥੇ। ਅੱਛਾ, ਵੱਡੇ ਸਾਡੇ ਇੱਥੇ ਹੀ ਰਹਿੰਦੇ ਸਨ, ਮਾਲ ਡੰਗਰ ਇੱਥੇ ਹੀ ਸੀ ਅਤੇ ਸਾਰੀ ਅਸੀਂ ਜਿਹੜੇ ਬੱਚੇ ਸਨ ਜਾਂ ਬੀਬੀਆਂ ਸਨ ਉਹ ਸਾਰੇ ਉੱਥੇ ਜੰਡਿਆਲੇ ਚਲੇ ਗਏ ਸਾਂ। ਅੱਛਾ ਬਾਬਾ ਜੀ, ਇਹ ਜਿਹੜਾ ਤੁਸੀਂ ਲਾਟੂਆਂ ਨਾਲ ਡੇਰਾ ਗਿਆ, ਪਿੰਡ ਵਰਨ ਇੱਧਰ ਡੇਰੇ ਗਏ, ਇਹ ਲੋਕ ਆਪਣਾ ਮਾਲ ਡੰਗਰ ਵੀ ਨਾਲ ਲੈ ਗਏ ਸਨ ਕਿ ਇਹਨਾਂ ਨੇ ਕੀਤਾ ਸੀ ਮਾਲ ਡੰਗਰ ਦਾ? ਕੋਈ ਲੈ ਗਏ ਸਨ, ਕੋਈ ਛੱਡ ਗਏ ਸਨ। ਅੱਛਾ, ਇਹ ਫਿਰ ਬਾਅਦ 'ਚ ਇੱਥੇ ਕੋਈ ਆਏ ਨੇ ਆਪਣਾ ਪਿੰਡ ਵੇਖਣ? ਆਹੋ, ਆਉਂਦੇ ਰਹੇ। ਕੋਈ ਯਾਦ ਹੈ ਕਿਸੇ ਦਾ ਨਾਮ? ਆਹੋ, ਆਇਆ ਸੀ ਇੱਕ ਤੇਜਾ ਕਹਿੰਦਾ ਪੋਤਰਾ ਆਇਆ ਸੀ, ਉਹਦਾ ਨਾਂ ਸੀ ਸੁੱਖਾ ਜਿਹਾ ਮੇਰੇ ਮੂੰਹ 'ਚ ਪਾਉਂਦਾ ਸੀ ਅਤੇ ਉਹ ਆਇਆ ਸੀ ਇੱਥੇ 2-3 ਰਾਤਾਂ ਰਿਹਾ ਇੱਥੇ ਸਾਡੇ ਕੋਲ ਵੀ ਆਇਆ ਫਿਰ। ਅਤੇ ਇੱਕ ਸੀ ਭਿੱਖੀ ਵਾਲੇ ਡੇਰੇ ਦਾ, ਉਹ ਵੀ ਇੱਥੇ ਆਇਆ ਸੀ, ਉਹਦੇ ਨਾਂ ਸੀ ਮੇਹਰ ਸਿੰਘ। ਉਹ ਭਿੱਖੀ ਵਾਲਾ ਡੇਰਾ ਤੁਹਾਡੇ ਲੱਗ ਗਈ ਕਿਤੇ? ਹਾਂ। ਅੱਛਾ, ਉਹ ਵੀ ਵਰਨਾ ਦਾ ਡੇਰਾ? ਹਾਂ, ਵਰਨਾ ਦਾ। ਅੱਛਾ ਬਾਬਾ ਜੀ, ਉਹ ਵੇਲਾ ਯਾਦ ਆਉਂਦਾ ਜਦੋਂ ਇੱਥੇ ਇਕੱਠੇ ਰਹਿੰਦੇ ਸੀ? ਉਹ ਵੇਲਾ ਯਾਦ ਆਉਂਦਾ ਅਤੇ ਜਦੋਂ ਫਿਰ ਗਦਰ ਵੇਖਿਆ ਨਾ, ਉਹ ਮੈਂ ਇੱਕ ਦਿਨ ਛੋਟਾ ਜਿਹਾ ਸਾਂ ਅਤੇ ਮੈਂ ਉੱਥੋਂ ਘਰੋਂ ਨਿਕਲ ਕੇ ਅਤੇ ਸੂਏ 'ਤੇ ਆਇਆ ਵਾਂ ਅਤੇ ਟੀਂਡ ਲੱਗੀ ਜਾਂਦੀ ਹੈ ਲਾਸ਼ਾਂ ਦੀ ਰੁੜ ਦੀ, ਅਤੇ ਮੈਂ ਫਿਰ ਡਰਦਾ ਭੱਜ ਗਿਆ ਪਿੱਛਾ। ਲਾਸ਼ਾਂ ਵੇਖ ਕੇ ਤੁਸੀਂ ਡਰ ਗਏ? ਹਾਂ। ਬਾਬਾ, ਡਰ ਹੁੰਦਾ ਸੀ? ਹੈਂ, ਡਰ ਹੁੰਦਾ ਸੀ? ਮਈਤ ਵੇਖ ਕੇ ਡਰ ਹੀ, ਮੁਰਦਾ ਵੇਖ ਕੇ ਡਰ ਹੀ ਹੁੰਦਾ ਅਤੇ ਫਿਰ ਰੁੜਦੇ ਜਾਂਦੇ ਸਨ। ਅਤੇ ਉੱਧਰ ਬਜ਼ੁਰਗਾਂ ਵਾਸਤੇ? ਅੱਛਾ ਅੱਛਾ। ਅੱਛਾ ਬਾਬਾ ਜੀ, ਇਹ ਦੱਸੋ ਕਿ ਜਦੋਂ ਇੱਥੇ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸਨ, ਉਹ ਵੇਲਾ ਸਹੀ ਸੀ? ਉਹ ਵੇਲਾ ਬੜਾ ਚੰਗਾ ਸੀ। ਉਹ ਇੱਕ ਦੂਜੇ ਦੀ ਹਮਦਰਦੀ ਕਰਦੇ ਸਨ, ਮੁਸਲਮਾਨਾਂ ਦੀ ਵੀ ਕਰਦੇ ਸਨ, ਮੁਸਲਮਾਨ ਉਹਨਾਂ ਦੀ ਕਰਦੇ ਸਨ। ਯਾਦ ਆ ਜਾਂਦਾ ਇਕੱਲੇ ਬੈਠਿਆਂ ਲੰਮੇ ਪਿਆਂ ਵੇਲਾ? ਬਿਲਕੁਲ ਯਾਦ ਆ ਜਾਂਦਾ। ਇੱਕ ਦਿਨ ਸਾਡੇ ਵਾਲਦ ਨਾਲ ਕੋਈ ਸਹਾਈ ਲੜ ਪਿਆ ਅਤੇ ਉਹ ਚਲਿਆ ਗਿਆ ਨਾਲ, ਮੁਲਾਜ਼ਮ ਰਿਹਾ ਸੀ ਅਤੇ ਇੱਕ ਸਿੱਖ ਕੋਲ ਸੀ ਵਹਿੰਦਾ ਪਿਆ, ਉਹ ਜਾ ਕੇ ਪਿੰਡ ਗੱਲ ਕੀਤੀ
ਬਰਨੀ ਤੇ ਇਹ ਅੱਜ ਆਹ ਵਾਕਿਆ ਮੈਂ ਵੇਖਿਆ। ਉਹਨਾਂ ਉਹਨੂੰ ਸੱਦ ਲਿਆ ਉੱਥੇ, ਉਹਦੇ ਪਿਓ ਨੂੰ ਵੀ ਅਤੇ ਉਹਨੂੰ ਵੀ, ਨਾਲੇ ਮਾਰੀਆਂ ਜੁੱਤੀਆਂ ਅਤੇ ਨਾਲੇ ਅੰਦਰ ਦੇ ਦਿੱਤਾ ਸਿੱਖਾਂ ਨੇ। ਸਿੱਖਾਂ ਨੇ ਬਈ ਤੁਸੀਂ ਈਸਾਈ ਹੋ ਕੇ ਅਤੇ ਜੱਟ ਦੇ ਗਲ ਭੈਣ ਨੂੰ ਆਏ ਹੋ, ਹੁਣ ਆਵੇਦਾ ਅਤੇ ਤੁਹਾਨੂੰ ਕੱਢੇਗਾ। ਉਹ ਫਿਰ ਉਹਨਾਂ ਦਾ ਜਵਾਈ ਆਇਆ ਉੱਥੇ, ਉੱਦੇ ਪਿੰਡ ਨੇ ਉੱਥੇ ਹੁੰਦਾ ਸੀ, ਉੱਥੇ ਗਏ ਅਤੇ ਉੱਥੇ ਉਹਨੂੰ ਲਿਆਂਦੋ ਨੇ ਅਤੇ ਉਹ ਸਾ ਕੇ ਅਤੇ ਫਿਰ ਸਾਡੇ ਬਾਪ ਦਾ ਤਰਲਾ ਕੀਤਾ ਵੀ ਉਹ ਅੰਦਰ ਡੱਕੇ ਨਹੀਂ, ਹੁਣ ਚੱਲ ਉਹਨਾਂ ਨੂੰ ਛੁਡਾ ਦੇ। ਅੱਛਾ ਬਾਬਾ ਜੀ, ਉਹ ਜਦੋਂ ਵੇਲਾ ਯਾਦ ਹੁੰਦਾ ਹੈ ਅਤੇ ਕੀ ਜ਼ਿਹਨ 'ਚ ਹੁੰਦਾ ਵੀ ਜਦੋਂ ਇੱਥੇ ਸਿੱਖ ਮੁਸਲਮਾਨ ਇਕੱਠੇ ਹੁੰਦੇ ਸਨ? ਉਹ ਵਕਤ ਵੀ ਯਾਦ ਆਉਂਦਾ ਤਾਂ ਚੰਗਾ ਹੀ ਸੀ, ਅਤੇ ਹੁਣ ਆਏ ਘੜੀ ਦੀ ਖੈਰ ਮੰਗਦੇ ਹਾਂ। ਹੁਣ ਸ਼ੁਕਰੀਆ ਜਿਹੜਾ ਵੇਲਾ ਆਉਂਦਾ ਠੀਕ ਹੈ। ਅੱਛਾ ਬਾਬਾ ਜੀ, ਇਹ ਦੱਸੋ ਜਿਹੜੇ ਇੱਧਰੋਂ ਸਿੱਖ ਗਏ ਨੇ ਜਿਹਨਾਂ ਦਾ ਤੁਸੀਂ ਨਾਂ ਲਿਆ ਹੈ ਕਿ ਬੜੇ ਪਿਆਰ ਮੁਹੱਬਤ ਨਾਲ ਅਸੀਂ ਰਹਿੰਦੇ ਸਾਂ, ਅਗਰ ਉਹ ਤੁਹਾਨੂੰ ਵੇਖਦੇ ਹੋਣ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹੁਣ ਅਸਾਂ ਕੀ ਉਹਨਾਂ ਨੂੰ ਚੜ੍ਹਨਾ ਅਤੇ ਉਹਨਾਂ ਸਾਨੂੰ ਕੀ ਚੜ੍ਹਨਾ? ਜਿਹੜਾ ਸਾਡੇ ਨਾਲ ਬਾਹਲਾ ਪਿਆਰ ਸੀ ਉਹਦਾ, ਈਸਰ ਸਿੰਘ ਦਾ ਹੰਜਰਾਹ ਦਾ ਜੀ, ਉਹ ਇੱਥੇ ਆਏ ਸੱਚੇ ਸੌਦੇ ਸਿੱਖ ਆਏ ਅਤੇ ਵਰਨਾ ਦੇ ਸਾਡੇ ਪਿਓ ਨੂੰ ਪੁੱਛਿਆ ਬਈ ਕੋਈ ਉਹਦਾ ਪਤਾ ਕਰੇ ਹੋਵੇ ਅਤੇ ਮੈਨੂੰ ਦੱਸਿਆ ਜੇ, ਉਸ ਖਾਸ ਪੁੱਤਰ ਕੋਈ ਨਹੀਂ ਪਾਇਆ। ਉਹਨਾਂ ਦਾ ਐਡਰੈਸ ਲਿਖ ਦਿੱਤਾ, ਉਹਦਾ ਐਡਰੈਸ ਲਿਖ ਦਿੱਤਾ ਉਹਨੇ ਜਿੱਥੇ ਰਹਿੰਦਾ ਸੀ। ਉਹ ਫਿਰ ਪਿਓ ਸਾਡੇ ਚਿੱਠੀ ਪਾਈ ਉੱਥੇ, ਅੱਪੜ ਗਈ ਉਹਨੂੰ। ਉਸ ਵਾਪਸ ਚਿੱਠੀ ਪਾਈ, ਇਹ ਉਸ ਆਖਿਆ ਤੇਰੀ ਚਿੱਠੀ ਪੜ੍ਹ ਕੇ ਅਸਾਂ 3 ਦਿਨ ਰੋਟੀਆਂ ਨਹੀਂ ਪੱਕੀਆਂ ਅਤੇ ਅੱਗੋਂ ਅੱਲਾ ਦਾ ਵਾਸਤੇ ਸਾਨੂੰ ਚਿੱਠੀ ਨਾ ਪਾਈ, ਇਹੀ ਸਮਝੀ ਵੀ ਮਰ ਗਿਆ ਅਤੇ ਮੈਂ ਸਮਝਿਆ ਨਾ ਉਹ ਮਰ ਗਿਆ, ਤੁਸੀਂ ਸਮਝੇ ਉਹ ਮਰ ਗਿਆ, ਹੁਣ ਚਿੱਠੀ ਨਾ ਪਾਇਆ ਜੀ। ਉਹ ਸਿੱਖ ਨੇ ਗਿਆ, ਸਿੱਖ ਨੇ ਕਿਹਾ ਸਾਨੂੰ ਬਹੁਤ ਬੜਾ ਅਫਸੋਸ ਹੋਇਆ, ਅਸਾਂ 3 ਦਿਨ ਰੋਟੀ ਨਹੀਂ ਪੱਕੀ ਇਸੇ ਦੁੱਖ ਨਾਲ, ਇਸੇ ਦੁੱਖ ਨਾਲ। ਅਤੇ ਬਾਬਾ ਜੀ, ਅਗਰ ਉਹ ਸਿੱਖ ਵੀਰ ਇੱਧਰ ਰੋਣ ਮਿਲਣ ਤੁਹਾਨੂੰ, ਉਹ ਵੇਖ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁਣ, ਤੁਸੀਂ ਕਰੋਗੇ ਗੱਲਬਾਤ ਉਹਨਾਂ ਨਾਲ? ਬੇਸ਼ੱਕ ਜੀ, ਜੇ ਆਉਣ ਮਿਲੋਗੇ ਉਹਨਾਂ ਦੀ ਖਿਦਮਤ ਕਰੋਗੇ? ਜਿੰਨੇ ਜੋਗੇ ਹੋਏ ਹੈ। ਹਾਂਜੀ ਵੀਰੋ, ਜਿਸ ਤਰ੍ਹਾਂ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਕਿ ਬਜ਼ੁਰਗਾਂ ਦੱਸਿਆ ਕਿ ਉਹ ਵੇਲਾ ਬੜਾ ਚੰਗਾ ਸੀ, ਅਤੇ ਜਿਹੜੇ ਵੀਰ ਸਾਨੂੰ ਵੇਖ ਰਹੇ ਨੇ ਇਸ ਪਿੰਡ ਦੇ ਵਰਨ ਦੇ ਨਾਟੂਆਂ ਨੇ ਡੇਰੇ ਦੇ ਨਾਲ ਨਾਲ ਦੇ, ਅਤੇ ਇੱਕ ਲਾਲ ਕੇ ਪਿੰਡ ਦੇ ਬਾਬਾ ਇਸਰ, ਇੱਕ ਲਾਲ ਕੇ ਪਿੰਡ ਦੇ ਸਨ ਸਿੱਖ ਹੰਜਰਾ ਈਸਰ ਸਿੰਘ ਸੀ, ਬਜ਼ੁਰਗਾਂ ਨੇ ਉਹਨਾਂ ਦਾ ਨਾਮ ਵੀ ਲਿਆ, ਅਤੇ ਜੇ ਉਹ ਵੀ ਵੇਖ ਰਹੇ ਨੇ ਤਾਂ ਉਹ ਸਾਡੇ ਨਾਲ ਜ਼ਰੂਰ ਰਾਬਤਾ ਕਰਨ ਅਤੇ ਬਜ਼ੁਰਗਾਂ ਦੀ ਉਹਨਾਂ ਨਾਲ ਗੱਲਬਾਤ ਕਰਵਾਈਏ।
ਅਤੇ ਚਲੋ ਫਿਰ ਕਿਸੇ ਵੀਡੀਓ ਦੇ ਨਾਲ ਮਿਲਦੇ ਹਾਂ, ਅੱਜ ਦੀ ਸਾਨੂੰ ਇਜਾਜ਼ਤ ਦਿਓ।